ਆ ਖੌਸਲਾ ਖੌਸਲੀ ਹੋਈ ਜਾਂਦੇ ਸੀ ਕੀ ਗੱਲ ਸੀ ਨਾ ਕੋਈ ਖੌਸਲਾ ਖੌਸਲੀ ਨੂੰ ਹੋਈ ਜਾਂਦੇ ਸਾਡੀ ਤਾਂ ਆਪਦੀ ਘਰ ਦੀ ਗੱਲ ਹੈਗੀ ਹੈ ਕਾਹਦੇ ਖੌਸਲਾ ਖੌਸਲੀ ਤੂੰ ਸਿਰ ਤੇ ਚੜ ਕੇ ਖੜੀ ਰਹਿੰਦੀ ਹੈ ਨਹੀਂ ਮੈਂ ਤਾਂ ਉਹ ਲੰਘ ਜਾ ਮਾਰਦਾ ਜਾਂਦਾ ਸੀ ਨਾ ਲੰਘ ਜਾ ਮਾਰਦਾ ਜਾਂਦਾ ਸੀ ਉਹ ਮੈਂ ਨੇ ਛੜ ਮਾਰੀ ਹੋਊਗੀ ਕੁਛ ਨਹੀਂ ਹੋਇਆ ਅੱਛਾ ਤਾਂ ਫਿਰ ਮੇਰੇ ਮਾਰੀ ਹੋਊਗੀ ਤੂੰ ਮੈਨੂੰ ਐਂ ਦੱਸ ਦੇ ਭੈਣੇ ਤੇਰਾ ਤੇਰੇ ਬੰਦੇ ਨੇ ਰੱਸਾ ਹੀ ਲਾ ਰੱਖਿਆ ਕੋਈ ਤੇਰਾ ਤੈਨੂੰ ਘਰੇ ਘਰੇ ਬਹਾਉਂਦਾ ਹੈ ਕਿੱਥੇ ਹੈ ਕਿ ਨਹੀਂ ਕਿਉਂ ਮੇਰਾ ਘਰ ਤਾਂ ਰੱਸਾ ਲਾ ਛੱਡਿਆ ਮੇਰਾ ਬੰਦਾ ਕੈਨੇਡਾ ਗਿਆ ਰਿਹਾ ਸੀ ਤੇ ਹੁਣ ਕੈਨੇਡਾ ਚ ਦੋਨੇ ਪਿਓ ਪੁੱਤ ਇੱਥੇ ਆਏ ਦਿਨ ਮੈਂ ਤੈਨੂੰ ਮੈਂ ਤਾਂ ਆਪ ਕੁਛ ਚਿਰ ਕੈਨੇਡਾ ਲਾ ਕੇ ਆਈ ਹੈ ਕੈਨੇਡਾ ਜੁੜ ਵੀ ਨਾ ਨਹੀਂ ਮੈਂ ਮਰ ਜਾ ਪਰ ਘਰ ਸੁਣਨੀ ਚੰਗਾ ਹੋ ਗਿਆ ਤਾਂ ਭੈਣੇ ਮਾਫ਼ ਕਰੀ ਤੇ ਫਿਰ ਕੈਨੇਡਾ ਪਹਿਲਾਂ ਤੈਨੂੰ ਕਾਲਾ ਜਾ ਤੇ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਹੈ ਭੈਣ ਦੇਣ ਦੀ ਕਿ ਹੁਣ ਸਿਆਣਾ ਹੋ ਗਿਆ ਕੈਨੇਡਾ ਜਾ ਕੇ ਨਹੀਂ ਆਤਰ ਹੁਣ ਤਾਂ ਮੈਨੂੰ ਜੀ ਤੋਂ ਬਗੈਰ ਗੱਲ ਨਹੀਂ ਕਰਦਾ ਜੀ ਤੈਨੂੰ ਨਹੀਂ ਮੈਂ ਮਰ ਜਾ ਕੁੜੇ ਵਾ ਨਹੀਂ ਭੈਣੇ ਜੇ ਬੰਦਾ ਬੁੜੀ ਨੂੰ ਜੀ ਕਹਿ ਦੇਣਾ ਅੱਧਾ ਹੌਸਲਾ ਤਾਂ ਉਹੀ ਵੱਧ ਜਾਂਦਾ ਬੇਵਾ ਵਾ ਨੀ ਰੰਗ ਨਾ ਜਦੋਂ ਮੁੰਡਾ ਨੀ ਨਾ ਘਰੇ ਹੁੰਦਾ ਆਹੋ ਤੇ ਉਦੋਂ ਮੈਨੂੰ ਲਾਰ ਨਾਲ ਕੁਛ ਹੋਰ ਹੀ ਕਹਿੰਦਾ ਪਿਆਰ ਨਾਲ ਉਹ ਮੈਂ ਮਰ ਜਾ ਖੜ ਜਾ ਖੜ ਜਾ ਖੜ ਜਾ ਤੈਨੂੰ ਮੈਂ ਦੱਸਦੀ ਹਾਂ ਮੈਂ ਪੜ੍ਹੇ ਲਿਖਿਆ ਨੇ ਕਈਆਂ ਨੇ ਗਈਆਂ ਨਾ ਇਹ ਤੈਨੂੰ ਆਦਾ ਹੋਊਗਾ ਇਹ ਆਪਣੇ ਨੀ ਆਦੇ ਆਹ ਪੜ੍ਹੇ ਲਿਖ ਹਾਂ ਹੁਣ ਮੇਰੇ ਯਾਦ ਆ ਗਿਆ ਤੈਨੂੰ ਉਹ ਆਦਾ ਹੋਊਗਾ ਡਾਰਲਿੰਗ ਨੀ ਮੈਂ ਮਰ ਜਾ ਕੜੇ ਛੇ ਨੀ ਭੈਣੇ ਇੱਕ ਗੱਲ ਹੈ ਸ਼ੁਕਰ ਹੈ ਨੀ ਤੂੰ ਡਾਰਲਿੰਗ ਤਾਂ ਬਣ ਗਈ ਮੈਂ ਤਾਂ ਉਹ ਵੀ ਨੀ ਬਣਾਇਆ ਕਿਸੇ ਨੇ ਅੱਛਾ ਹੁਣ ਐਂ ਕਰ ਕੈਨੇਡਾ ਚ ਰਹੋ ਵਗ ਜਾ ਸਕਾਂ ਵਾਲਾ ਸਿਆਣੇ ਹੋ ਗਏ ਚੰਗਾ ਹੋ ਭਾਈ ਮੈਂ ਤਾਂ ਕੈਨੇਡਾ ਨਹੀਂ ਜਾਂਦੀ ਗੀ ਕੀ ਹੋ ਗਿਆ ਨਾ ਜਮਾ ਕੈਨੇਡਾ ਮੇਰੀ ਤਾਂ ਦੇਖ ਲੈਤਾ ਉੱਥੇ ਸਾਰਾ ਕੁਛ ਹੀ ਮਾੜਾ ਹੈ ਕੱਲ ਨਾ ਮੈਂ ਗੁਸਲਖਾਨੇ ਚ ਪਾਣੀ ਰੱਖਿਆ ਨਹਾਉਣ ਵਾਸਤੇ ਸਾਬਣ ਤੇਲ ਰੱਖਿਆ ਤੌਲੀਆ ਰੱਖਿਆ ਤੇ ਆ ਜਾਇ ਖਾਣੇ ਦੀਆਂ ਬਾਹਰ ਭੁੱਲ ਗਿਆ ਨੀ ਕੀ ਚਪਲੀਆਂ ਭੁੱਲ ਗਿਆ ਹੋਊ ਆਹੋ ਪਾਉਂਦੇ ਨਾ ਪੜੇ ਲਿਖੇ ਨਾ ਬਾਹਰ ਭੁੱਲ ਗਿਆ ਭੈਣੇ ਅੰਦਰੋਂ ਡਲੀ ਵਰਗਾ ਨਿਕਲਿਆ ਉਹ ਤਾਂ ਨੀ ਮੈਂ ਮਰ ਜਾ ਜਮਾ ਨੰਗ ਤੜੰਗਾ ਨੰਗ ਤੜੰਗਾ ਕਿ ਉਹ ਪਾਈ ਵੀ ਸੀ ਪੁੱਤ ਖਾਣੇ ਦੀ ਓਹੋ ਖੜ ਜਾ ਨੀ ਮੈਂ ਮਰ ਗਈ ਬਾਗ ਰੂ ਉਹਦੇ ਉਹ ਪਾਇਆ ਹੋਣਾ ਪੁੱਤ ਖਾਣੇ ਦਾ ਓਹੋ ਨਾ ਤਾਂ ਉਹ ਜਾਂਗੀ ਆ ਨਖ ਕੀ ਨਾਂ ਦੱਸਦੀ ਆ ਮੈਂ ਇਹ ਵੀ ਪੜ੍ਹੇ ਲਿਖੇ ਪਾਉਂਦੇ ਨਾ ਹਾਂ ਉਹ ਅੱਜ ਕੱਲ੍ਹ ਤਾਂ ਬਾਜ਼ਾਰਾਂ 'ਚ ਵੀ ਵਿਕਦਾ ਹੈ ਹਾਂ ਉਹ ਹੋਊਗਾ ਲੰਡਰਵੀਰ ਇਹ ਸੀ ਨੀ ਮੈਂ ਓਹੋ ਨੀ ਨੀ ਮੈਂ ਮਰ ਗਿਆ ਨਾ ਨੀ ਭੈਣੇ ਉਹ ਹੋਰ ਕਾਹਦਾ ਪੜਦਾ ਤੂੰ ਮਾਰਦੀ ਸਿਰ ਚੱਕ ਕੇ ਭੈਣੇ ਜਦੋਂ ਬਾਹਰ ਨਿਕਲਿਆ ਤੇ ਮੈਂ ਚਾਦਰਾਂ ਲੈ ਕੇ ਭੱਜੀ ਮਾਰ ਤੇ ਮੁੰਡਾ ਮੈਨੂੰ ਆਹਦਾ ਵੇਦਿਆ ਕੀ ਕਰਦੀ ਹੈ ਵੇ ਮੈਂ ਕਿਹਾ ਤੇਰਾ ਪਿਓ ਨੰਗਾ ਜਾਂਦਾ ਮੈਂ ਚਾਦਰ ਫੜਾਣਾ ਕੋਈ ਬਹੂ ਸਿਆਣੀ ਗੱਲ ਹੈ ਕੁੜੀ ਕਤਰੀ ਆ ਜਾਂਦੀ ਹੈ ਮੈਨੂੰ ਆਹਦਾ ਤੂੰ ਕਮਾਲ ਕਰਦੀ ਹੈ ਬੇਬੇ ਪੁਰਾਣੇ ਜ਼ਮਾਨੇ ਦੀ ਹੈ ਅੱਜ ਕੱਲ ਤਾਂ ਕਹਿੰਦਾ ਉੱਥੇ ਕੈਨੇਡਾ ਦੇ ਵਿੱਚ ਇਹੋ ਜਿਹੇ ਕੱਚੇ ਬੁੜੀਆਂ ਪਾਈ ਫਿਰਦੀਆਂ ਬੁੜੀਆਂ ਪਾਈ ਫਿਰਦੀਆਂ ਨਹੀਂ ਮੈਂ ਕੁੜੇ ਸੱਚ ਇੱਕ ਗੱਲ ਤਾਂ ਆ ਗਈ ਭੈਣੇ ਸਵਾਦ ਦੀ ਜੇ ਤੂੰ ਉੱਥੇ ਜਾ ਕੇ ਉਹ ਜਿਹਾ ਕੱਛਾ ਪਾਵੇਂ ਤਾਂ ਸਵਾਦ ਆ ਜੇ ਨਾ ਭੈਣ ਮੇਰੇ ਤੇ ਛੀ ਮੀਟਰ ਦਾ ਕਾਨੂੰ ਐ ਲੱਗੇਗੀ ਜਿਵੇਂ ਤੰਦੂਰ ਚ ਕੁੱਤਾ ਫਸਿਆ ਹੁੰਦਾ ਨਾ ਉਹ ਛੇੜ ਰਹਾ ਦਿੱਤਾ ਕਿਉਂ ਮੈਂ ਜਾਵਾਂ ਨੀ ਗੱਲ ਸਾਡੇ ਤਾਂ ਇੱਥੇ ਕਛੇਰੇ ਤੂੰ ਆਏ ਆ ਭੈਣੇ ਹਾਂ ਆਪਣੇ ਤਾਂ ਜੇ ਕਿਸੇ ਬੰਦੇ ਦੇ ਕਛੇਰਾ ਪਾਇਆ ਨਾ ਉਹ ਫੇਰ ਵੀ ਉੱਤੋਂ ਦੀ ਮੁੱਕਾ ਲੰਘ ਕੇ ਫੇਰ ਬਾਹਰ ਆਊ ਕਿੱਡੀ ਫੇਰ ਲੈ ਬਗ ਜਾ ਲੈ ਲੈ ਕੈਨੇਡਾ ਝੱਪ ਦੇ ਲੈ ਨੰਗੇ ਤੁਰੇ ਨਾ ਨੀ ਬਸ ਨਾ ਇਹ ਹੋਰ ਗੱਲ ਆ ਭੈਣੇ ਕੈਨੇਡਾ ਚ ਜਾਂਦੀ ਸੀ ਦੁਨੀਆ ਉਦੋਂ ਜਦੋਂ ਦੁਨੀਆ ਡਰਦੀ ਸੀ ਤੇ ਹੁਣ ਤਾਂ ਇਹ ਮੇਰੇ ਮਹਾਰਾਜ ਇੱਥੇ ਨਿੱਤ ਦਿਵਾਲੀ ਆ ਹੁਣ ਤਾਂ ਰੰਗ ਭਾਗ ਲੱਗੇ ਪਏ ਨੇ ਹੁਣ ਤਾਂ ਬਾਹਲੇ ਸੁੱਖ ਪੈਂਦਾ ਹੈ ਤੇਰੇ ਕੋਲੇ ਆ ਹੀ ਜਾਨੀ ਹੈ ਗੇੜਾ ਚੰਗਾ ਹੋ ਗਿਆ ਹੁਣ ਤਾਂ ਮੈਂ ਕਿਹਾ ਵਿਆਹ ਸ਼ਾਦੀ ਕਰੋ ਨਾ ਕੋਈ ਜਾਗੋ ਕਿੱਥੇ ਕੱਢੋ ਇੱਥੇ ਸਵਾਦ ਆ ਕੁਛ ਹਾਂ ਉੱਥੇ ਮੈਨੂੰ ਪੁੱਛਣ ਮੈਂ ਸਾਡੇ ਤਾਂ ਦੁਸਹਿਰੇ ਦੁਬਾਰਾ ਸਾਰਾ ਕੁਝ ਹੁੰਦਾ ਸਾਡੇ ਟਾਈਮ ਚੱਲ ਕੋਈ ਭਾਈ ਕਰੋਪੀ ਸੀਗੀ ਕੋਈ 2 ਸਾਲ ਨਾ ਹੁਣ ਸਾਡੇ ਤਾਂ ਰੰਗ ਲੱਗਿਆ ਪੰਜਾਬ ਵਰਗਾ ਸਾਰੀ ਦੁਨੀਆ ਤੇ ਚੱਕ ਲੈ ਨੀ ਕੈਨੇਡਾ ਨੂੰ ਸਿਰ ਸਹੀ ਗੱਲ ਹੈ ਹਾਂ ਓਏ ਕੁੜੇ ਮੈਂ ਤਾਂ ਤੇਰੇ ਕੋਲੇ ਸੰਦੀ ਮਾਰੀ ਆਵੇ ਆ ਜਾ ਕਰਾ ਸੰਦੀ ਤਾਂ ਲਾਹੌਰ ਸੁਣ ਲੈ ਮੈਂ ਤੈਨੂੰ ਸੁਣਾ ਦਿੰਨੀ ਆ ਭੈਣੇ ਪਰਸੋਂ ਨਾ ਮੈਂ ਬੈਠੀ ਤੇ ਭੈਣੇ ਮੇਰਾ ਜੀ ਕਰਿਆ ਮੈਂ ਮੁੱਲਾਂ ਪੁਰ ਭੱਗ ਗਈ ਤੇ ਜਦੋਂ ਜਾਈ ਉੱਥੇ ਕੰਮ ਸੀ ਥੋੜਾ ਜਿਹਾ ਤੇ ਜਦੋਂ ਮੈਂ ਬੱਸ ਤੇ ਚੜ੍ਹਨ ਲੱਗੀ ਨਾ ਭੱਜ ਕੇ ਤੇ ਗਾਹ 70-80 ਸਾਲ ਦਾ ਇੱਕ ਬਾਬਾ ਬੈਠਾ ਸੀ ਉਹਨੇ ਮੇਰੀ ਬਾਂਹ ਫੜ ਕੇ ਤੇ ਮੈਨੂੰ ਬਰਾਬਰੀ ਬਿਠਾ ਲਿਆ ਤੇ ਇਹਨੇ ਕਨੈਕਟਰ ਆਇਆ ਟਿਕਟਾਂ ਕੱਟਣ ਤੇ ਬੇਚਾਰਾ ਸਿਆਣਾ ਸੀ ਮੈਨੂੰ ਆਹਦਾ ਖੇ ਬੇਬੇ ਅੜਕ ਕੇ ਡਿੱਗ ਪੈਂਦੀ ਆ ਫੜ ਟਿਕਟਾਂ ਨਾਲਾ ਟੰਗਲਾ ਲਮਕੀ ਜਾਂਦਾ ਤੇ ਭੈਣੇ ਮੈਂ ਤਾਂ ਥੱਲੇ ਇਕੱਠਾ ਕਰਕੇ ਸਾਰਾ ਟੰਗ ਲਿਆ ਜਦੋਂ ਮੈਂ ਚਤਰੋ ਇੱਥੇ ਆ ਕੇ ਉਤਰਨ ਲੱਗੀ ਭੈਣੇ ਨਾਲਾ ਅੱਧਾ ਤਾਂ ਬਾਬੇ ਦੇ ਹੱਥ ਚ ਤੇ ਅੱਧਾ ਨਾਲਾ ਮੇਰੇ ਹੱਥ ਚ ਬਾਬਾ ਆਪਦੇ ਬੰਨੀ ਖਿੱਚੇ ਮੈਂ ਆਪਦੇ ਬੰਨੀ ਖਿੱਚਾ ਮੈਂ ਆਖਾ ਤੂੰ ਠੇਠਰਾ ਮੇਰਾ ਨਾਲਾ ਨੀ ਛੱਡਦਾ ਤੇ ਉਹ ਆਦਾ ਤੂੰ ਬੈਤਰੇ ਮੇਰਾ ਨਾਲਾ ਨੀ ਛੱਡਦੀ ਭੈਣੇ ਬੱਸ ਦੇ ਵਿੱਚ ਲਟਾ ਪੀਂਗ ਰੌਲਾ ਪੈ ਗਿਆ ਲੋਕ ਇਕੱਠੇ ਹੋ ਗਏ ਇੰਨੇ ਕਨੈਕਟਰ ਆ ਗਿਆ ਆਦਾ ਕੀ ਹੋ ਗਿਆ ਆਦਾ ਬੇਵਾ ਮੇਰਾ ਨਾਲਾ ਨੀ ਛੱਡਦੀ ਮੈਂ ਆਖਿਆ ਇਹ ਚੌਰਾ ਮੇਰਾ ਨਾਲਾ ਨੀ ਛੱਡਦਾ ਉਹ ਫੜੇ ਦੇ ਨਾਲੇ ਤੇ ਇੱਕ ਦੂਜੇ ਚ ਜ਼ੋਰ ਇੱਕੋ ਜਿਹਾ ਮੈਂ ਆਪਦੇ ਬੰਨੀ ਉਹ ਆਪਦੇ ਬੰਨੀ ਭੈਣੇ ਇੰਨੇ ਕਨੈਕਟਰ ਦਾ ਖੜ ਜਾਓ ਮੈਂ ਨਵੇੜਾ ਕਰਦਾ ਜਦੋਂ ਨੇ ਫੜਕਿਆ ਖਿੱਚਿਆ ਨਾਲਾ ਤੇ ਖਿੱਚਿਆ ਭੈਣੇ ਨਾਲਾ ਕਿਤੇ ਉਹ ਬਾਬੇ ਦਾ ਹੀ ਸੀ ਜਿਹੜਾ ਮੈਂ ਟੰਗ ਲਿਆ ਸਾਰਾ ਇਕੱਠਾ
ਤੇ ਮੈਂ ਤਾਂ ਜਦੋਂ ਨਾਲਾ ਸਾਰਾ ਹੱਥ ਚੋ ਗਿਆ, ਕੱਚੀ ਹੋ ਗਈ ਚਤਰੋ ਨੀਵੀ ਪਾ ਲਈ। ਫਿਰ ਮੈਂ ਉੱਠਣ ਲੱਗੀ ਨੇ ਆਖਿਆ, ਮੈਂ ਬਾਬਾ ਮਾਫ ਕਰ ਦੇ, ਮੈਥੋਂ ਗਲਤੀ ਹੋ ਗਈ। ਤੇ ਬਾਬਾ ਆਖਦਾ ਕਿ ਕੋਈ ਨੀ ਭਾਈ, ਇਹੋ ਜਿਹੀਆਂ ਗਲਤੀਆਂ ਤਾਂ ਰੋਜ਼ ਹੀ ਹੋਣ। ਮੇਰਾ ਮੈਨੂੰ ਆਏ ਜੀ ਕਰੀ ਜਾਂਦਾ ਵੀ ਉਹ ਬੁੜੇ ਨੂੰ ਤਾਂ ਮੈਂ ਜਾਣੀ ਭਾਗ ਕੇ ਲਿਆ ਕੇ ਘਰੇ ਰੱਖ ਲਾ, ਮੇਰੇ ਰੱਖਾ ਸੀ। ਅੱਛਾ ਚੱਲ ਚੱਲੀਏ ਤੇਰੇ ਘਰ ਨੂੰ, ਫਿਰ ਟਕਾਉਂਦੀਆਂ ਚੱਲੀਏ। ਅੱਛਾ ਹਾਂ, ਤੂੰ ਬੈਠੀ ਕੁੜੀਏ ਵੱਟ ਕਿਕਰਾਂ ਦੇ ਡਾਣੇ ਛੜੇ ਮੱਚ ਜਾਣਗੇ, ਦੇਖ ਕੇ ਰੰਨਾ ਦੇ ਮਾਣੇ ਛੜੇ ਮੱਚ ਜਾਣਗੇ। ਆ ਜਾ ਭੈਣ ਦੀ ਗੱਲ ਆ, ਮੇਰੇ ਘਰੇ ਇੱਕ ਮੰਗਤਾ ਆ ਗਿਆ। ਵੈਸੇ ਆਪਣੇ ਆਪ ਨੂੰ ਬਾਬਾ ਜੀ ਕਹਾਉਂਦਾ ਸੀ, ਉਹਨੇ ਆ ਕੇ ਆਪਣੀ ਅਲਖ ਜਗਾਈ, ਕਹਿੰਦਾ ਆਲਖ ਨਿਰੰਜਨ। ਕੁਦਰਤੀ ਮੇਰੇ ਘਰ ਵਾਲੀ ਜਵਾਕ ਨੂੰ ਦੁੱਧ ਚੰਗਾਉਂਦੀ ਸੀ, ਕਹਿੰਦਾ ਬੀਬੀ ਜੀ ਐਂ ਕਰੋ ਫਟਾਫਟ ਬਾਬਿਆਂ ਨੂੰ ਖੈਰ ਪਾਓ। ਮੇਰੇ ਘਰ ਵਾਲੀ ਕਹਿੰਦੀ ਜੀ ਬਾਬਾ ਜੀ ਐਂ ਕਰੋ ਵੀ ਮੈਂ ਆਪਣੇ ਨਿਆਣੇ ਨੂੰ ਦੁੱਧ ਚੰਗਾਉਣੇ ਆ, ਤੁਸੀਂ ਮੁੜਦੇ ਗੇੜੇ ਆ ਕੇ ਖੈਰ ਲੈ ਜਿਓ। ਬਾਬਾ ਜੀ ਪਤਾ ਕੀ ਕਹਿੰਦਾ, ਕਹਿੰਦਾ ਬੀਬੀ ਜੀ ਤੁਸੀਂ ਐਂ ਕਰੋ ਵੀ ਸੰਤਾਂ ਦਾ ਚਲੋ ਟੂਰ ਹੀ ਹੁੰਦਾ ਸੀ, ਦੁਬਾਰਾ ਕਦੇ ਮੁੜ ਕੇ ਆਉਣਾ ਨਹੀਂ, ਜਵਾਕ ਨੂੰ ਦੁੱਧ ਬਾਅਦ ਚ ਚੰਘਾ ਲਈ। ਕਹਿੰਦਾ ਤੂੰ ਕਿਹੜਾ ਮੱਝ ਆ ਵੀ ਇੱਕ ਵਾਰੀ ਲੱਤ ਚੱਕ ਕੇ ਦੁਬਾਰਾ ਮਿਲਣੀ ਨਹੀਂ।